ਅਸਲਾਮ ਅਲੈਕੁਮ ਅੱਜ ਸੋਮਵਾਰ ਹੈ ਜ਼ਿਲ੍ਹਾ ਹਜ ਦੀ 19 ਸਾਵਨ ਦੀ 26 ਤੇ ਅਗਸਤ ਦੀ 10 ਤਾਰੀਖ ਇਹ ਰੇਡੀਓ ਪਾਕਿਸਤਾਨ ਨੇ ਸਮਨਾ ਯੂਸਫ ਤੋਂ ਖਬਰਾਂ ਸੁਣੋ ਪਹਿਲਾ ਖਾਸ ਖਾਸ ਖਬਰਾਂ ਦਾ ਖੁਲਾਸਾ ਵਜ਼ੀਰ ਆਜ਼ਮ ਨੇ ਪਨਾਗਾਵਾਂ ਵਿੱਚ ਸਹੂਲਤਾਂ ਦੇਣ ਲਈ ਵਫਾਕ ਤੇ ਸੂਬਿਆਂ ਵਿਚਕਾਰ ਮੌਸਰ ਤਾਵਨ ਉੱਤੇ ਜ਼ੋਰ ਦਿੱਤਾ ਹੈ ਸ਼ੁਭਾ ਬੰਦੀ ਦੇ ਵਜ਼ੀਰ ਨੇ ਕਿਹਾ ਹੈ ਕਿ ਕਰੋਨਾ ਦੀ ਬਿਮਾਰੀ ਦੇ ਖਿਲਾਫ ਸਮਾਰਟ ਲਾਕਡਾਊਨ ਦੀ ਪਾਲਿਸੀ ਕਾਮਯਾਬ ਰਹੀਏ। ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਕੌਮੀ ادارے ਨੇ ਕਿਹਾ ਹੈ ਕਿ ਮੁਲਕ ਦੇ 61 ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦੇ ਹਮਲਿਆਂ ਤੇ ਫੈਲਾਅ ਵਿੱਚ ਕਮੀ ਆਈਏ। ਪੰਜਾਬ ਦੇ ਜੰਗਲੀ ਹਯਾਤ ਤੇ ਮਾਹੀ ਪਰਵਰੀ ਦੇ ਵਜ਼ੀਰ ਨੇ ਕਿਹਾ ਹੈ ਕਿ ਪੁਲਿਸ ਵਿੱਚ ਇਸਲਾਮਾਂ ਲਿਆਂਡ ਦਾ ਮਕਸਦ ਲੋਕਾਂ ਨੂੰ ਬਿਹਤਰ ਖਿਦਮਤਾਂ ਦੇਣਾ ਹੈ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ ਵਜ਼ੀਰ ਆਜ਼ਮ ਨੇ ਪਨਾਗਾਵਾ ਵਿੱਚ ਬਿਹਤਰ ਤੇ ਮਿਆਰੀ ਦੀ ਸੁਰਤਾ ਦੇਣ ਲਈ وفاق ਤੇ صوبਿਆਂ ਵਿਚਕਾਰ ਮੌਸਰਤਾਵਨ ਦੀ ਹਿਦਾਇਤ ਕੀਤੀ ਹੈ اسلام آباد ਵਿੱਚ ਪਨਾਗਾਵਾ ਬਾਰੇ ਇੱਕ ਜਾਇਜ਼ਾ اجلاس ਇਸਦਾਰਤ ਕਰਦਿਆਂ ਆ ਉਨ੍ਹਾਂ ਕਿਹਾ ਕਿ صوبਿਆਂ ਵਿੱਚ ਚੰਗੀਆਂ ਪਨਾਗਾਵਾ ਬਣਾਈਆਂ ਜਾਣਗੀਆਂ وزیر اعظم عمران خان نے متعلقہ حکام نو ہدایت کی تھی کہ اسلام آباد وچ پنج چنگیاں پناہ گاہاں بنائیاں جان اوناں انتظامیہ نو ہدایت کیتی کہ او پناہ گاہاں دے حملے نو تربیت دین تاں جے اپنی پناہ گاہاں دے معیار نو بہتر بنایا جا سکے سماجی تحفظ دے غربت مکان بارے وزیر اعظم دی خصوصی معاون ڈاکٹر ثانیہ نشتر نے وزیر اعظم نو پناہ گاہاں نو ہور بہتر بناݨ لئی کیتے کمل بارے دسیا ਵਜ਼ੀਰ ਆਜ਼ਮ ਇਮਰਾਨ ਖਾਨ ਨੇ ਮੁਲਕ ਵਿੱਚ ਬੂਟੇ ਲਾਣ ਦੀ ਅਪੀਲ ਉੱਤੇ ਕੌਮ ਦੇ ਰੱਦ ਅਮਲ ਦਾ ਸ਼ੁਕਰੀਆ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਇਹ ਬੂਟੇ ਲਾਣ ਦੀ ਸਭ ਤੋਂ ਵੱਡੀ ਮੁਹਿੰਮ ਹੈ। ਉਹਨਾਂ ਇਹ ਗੱਲ ਇੱਕ ਟਵੀਟ ਵਿੱਚ ਕਹੀ। ਉਹਨਾਂ ਕਿਹਾ ਕਿ ਲੋੜ ਦੀ ਸੜੇ ਸਾਰੇ ਮੁਲਕ ਤੋਂ ਟਾਈਗਰਸ ਨੌਜਵਾਨ ਤੇ ਬਜ਼ੁਰਗ ਸ਼ਹਿਰੀ ਵੱਡੀ ਤਾਦਾਦ ਵਿੱਚ ਬੂਟੇ ਲਾਣ ਲਈ ਬਾਹਰ ਨਿਕਲ ਆਏ। ਵਜ਼ੀਰ ਆਜ਼ਮ ਨੇ ਕਿਹਾ ਕਿ ਬਜ਼ੁਰਗਾਂ ਤੇ ਬੱਚਿਆਂ ਸਣੇ ਨੌਜਵਾਨਾਂ ਨੇ ਆਪਣੇ ਆਪਣੇ ਇਲਾਕਿਆਂ ਵਿੱਚ ਬੂਟੇ ਲਾਏ ਨੇ। ਉਨਾ ਕਿਆ ਕਿ ਜਿਹਦੇ ਵਿੱਚ ਮੇਰੇ ਕੈਨ ਉੱਤੇ ਬੂਟੇ ਲਾਏ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਵਾਂ ਮੁਸਬਬ ਬੰਦੀ ਦੇ وزیر ਅਸਦ ਉਮਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਵਬਾਹ ਦੇ ਖਿਲਾਫ ਹਕੂਮਤ ਦੀ ਸਮਾਰਟ ਲਾਕਡਾਊਨ ਪਾਲਿਸੀ ਕਾਮਯਾਬ ਰਹੀਏ ਉਹਨਾਂ ਇਹ ਗੱਲ ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲਾਂ ਕਰਦਿਆਂ ਹੋਇਆਂ ਕਹੀ ਉਹਨਾਂ ਕਿਹਾ ਕਿ ਹਕੂਮਤ ਨੇ ਪਹਿਲੇ ਦਿਨ ਤੋਂ وزیراعظم ਇਮਰਾਨ ਖਾਨ ਦੀ ਹਕਮਤ ਅਮਲੀ ਦੇ ਮੁਤਾਬਕ ਲੋਕਾਂ ਦੀ ਜ਼ਿੰਦਗੀ ਤੇ ਬਚਾਉਣ ਦੇ ਵਿੱਚ ਕੋਰੋਨਾ ਵਾਇਰਸ ਦੀ ਵਬਾਹ ਉਤੇ ਕਾਬੂ ਪਾਣ ਤੇ ਭੁੱਖ ਤੋਂ ਬਚਾਇਆ ਹੈ ਮਨਸੂਬਾ ਬੰਦੀ ਦੇ ਵਜ਼ੀਰ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਮੌਜੂਦ ਹੈ ਤੇ ਜੇ ਇhtiyati ਤਦਬੀਰਾਂ ਉਤੇ ਅਮਲ ਨਾ ਕੀਤਾ ਗਿਆ ਤੇ ਕੋਰੋਨਾ ਵਬਾ ਫਿਰ ਫੁੱਟ ਸਕਦੀ ਹੈ ਰੇਲਵੇਜ਼ ਦੇ ਵਜ਼ੀਰ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਹੈ ਕਿ ML1 ਮਨਸੂਬਾ ਇੱਕ ਇਨਕਲਾਬੀ ਕੰਮ ਹੈ ਤੇ ਇਹਦੇ ਨਾਲ ਰੇਲਵੇ ਦਾ ਨਿਜ਼ਾਮ ਬਿਹਤਰ ਹੋਏਗਾ পিটিভি ਨਾਲ ਗੱਲਾਂ ਕਰਦੇ ਹੋਇਆ ਉਹਨਾਂ ਨੇ ਕਿਹਾ ਕਿ ਮਨਸੂਬੇ ਦੇ ਮੁਕੰਮਲ ਹੋਣ ਨਾਲ ਰੇਲ ਗੱਡੀਆਂ ਕਿਸੇ ਰੁਕਾਵਟ ਦੇ ਬਿਨਾਂ ਚੱਲਣਗੀਆਂ ਤੇ ਕਰਾਚੀ, ਲਾਹੌਰ ਤੇ 라ਵਲਪਿੰਡੀ ਵਿਚਕਾਰ ਸਫ਼ਰ ਦਾ ਵਕਤ ਵੀ ਕੱਟੇਗਾ। ਉਹਨਾਂ ਦੱਸਿਆ ਕਿ ਮਨਸੂਬੇ ਦੇ ਪੂਰਾ ਹੋਣ ਉੱਤੇ ਰੇਲ ਗੱਡੀਆਂ ਦੇ ਹਾਦਸੇ ਘਟਣਗੇ ਤੇ ਕੋਈ 1.5 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ। وفاقی وزیر ਦਾ ਕਹਿਣਾ ਸੀ ਕਿ ਮਨਸੂਬੇ ਲਈ ਘੱਟ ਇੰਟਰਸਟ ਉੱਤੇ ਕਰਜ਼ਾ ਲਿਆ ਜਾਏਗਾ। ਮੁਲਕ ਦੇ 61 ਜ਼ਿਲ੍ਹਿਆਂ ਵਿੱਚੋਂ ਸਹਿਰਾਈ ਟਿੱਡੀਆਂ ਦੇ ਹਮਲੇ ਦਾ ਖਤਰਾ ਘਟ ਕੇ ਥਰਪਾਰਕਰ ਤੇ ਬਹਾਵਲਪੁਰ ਵਿੱਚ ਰਹਿ ਗਿਆ ਹੈ ਇਹ ਗੱਲ ਟਿੱਡੀ ਦਲ ਦੀ ਰੋਕਥਾਮ ਬਾਰੇ ਕੌਮੀ ਸੈਂਟਰ ਨੇ ਕਹੀ ਹੈ ਸੈਂਟਰ ਦੇ ਮੁਤਾਬਕ ਕਾਮਯਾਬੀ ਗਜ਼ਾਈ ਤਹਫੂਜ਼ੀ ਵਜ਼ਾਰਤ ਜ਼ਰਾਤ ਦੇ ਸੁਬਾਈ ਮਹਿਕਮੇ ਤੇ ਪਾਕ ਫੌਜ ਦੀਆਂ ਮੁਸ਼ਤਰਕਾ ਕੋਸ਼ਿਸ਼ਾਂ ਦੀ ਵਜ੍ਹਾ ਤੋਂ ਮਿਲੀ ਹੈ ਸੈਂਟਰ ਦੇ ਮੁਤਾਬਕ ਸਹਿਰਾਈ ਟਿੱਡੀ ਮਕਾਨ ਦਾ ਕੰਮ ਪਿਛਲੇ 6 ਮਹੀਨਿਆਂ ਵਿੱਚ 11 ਲੱਖ ਹੈਕਟੇਅਰ ਤੋਂ ਵੱਧ ਰਕਬੇ ਉੱਤੇ ਮੁਕੰਮਲ ਕੀਤਾ ਗਿਆ। ਸੈਂਟਰ ਦੇ ਮੁਤਾਬਕ ਜਨੂਬ-ਮਗਰੀਬੀ ਏਸ਼ੀਆ ਤੇ ਈਰਾਨ ਤੋਂ ਟਿੱਡੀ ਦਲ ਦੇ ਹਮਲੇ ਦਾ ਖਤਰਾ ਘਟ ਗਿਆ ਏ ਪਰ ਭਾਰਤ ਤੇ ਅਫਰੀਕਾ ਤੋਂ ਟਿੱਡੀ ਦਲ ਦੇ ਹਮਲੇ ਦਾ ਖਤਰਾ ਅਜੇ ਵੀ ਮੌਜੂਦ ਏ। ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ। ਪਾਕ-ਚੀਨ ਸਰਹੱਦ ਉੱਤੇ ਖੁੰਜਰਾਬ ਲਾਂਗੇ ਨੂੰ ਅੱਜ ਰਾਤੀ ਆਮ ਟ੍ਰੈਫਿਕ ਲਈ ਬੰਦ ਕਰ ਦਿੱਤਾ ਜਾਏਗਾ। ਹੁੰਜ਼ਾ ਵਿੱਚੋਂ ਖੁੰਜਰਾਬ ਲਾਂਗਾ ਪਾਕਿਸਤਾਨੀ ਤਾਜਰਾਂ ਦੇ ਚੀਨ ਤੋਂ ਆਉਣ ਵਾਲੇ ਕੰਟੇਨਰਾਂ ਦੀ ਵਜ੍ਹਾ ਤੋਂ 13 ਦਿਨਾਂ ਲਈ ਖੋਲਿਆ ਗਿਆ ਸੀ। ਇਹ ਰਾ ਕੋਰੋਨਾ ਦੀ وبਾਹ ਦੀ وجہ ਤੋਂ ਬੰਦ ਕੀਤੀ ਗਈ ਸੀ ਪਰ ਦੂਆ ਮੁਲਕਾਂ ਨੇ 29 ਜੁਲਾਈ ਤੋਂ 10 ਅਗਸਤ ਤੱਕ ਇਹਨੂੰ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਸੀ। ਅਕਵਾਮ ਮੁਤਹਿਦਾ ਦੀ ਜਨਰਲ ਸਭੀ ਦੇ ਸਦਰ ਵੋਲਕਨ ਬਜ਼ਕੀਰ ਜਿਹੜੇ 2 ਦਿਨ ਦੇ ਦੌਰੇ ਉਤੇ ਪਾਕਿਸਤਾਨ ਆਏ ਹੋਏ ਨੇ ਵਜ਼ੀਰ ਆਜ਼ਮ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ। ਉਹ ਖਾਰਜਾ ਮਾਮਲੇ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੀਸ਼ੀ ਨਾਲ ਵੀ ਗੱਲਬਾਤ ਕਰਨਗੇ। ਦੋਵੇਂ ਲੀਡਰ ਅਮਨ, ਸਲਾਮਤੀ, ਤਰੱਕੀ ਤੇ ਇਨਸਾਨੀ ਹੱਕ ਬਾਰੇ ਅਕਵਾਮ ਮੁਤਹਿਦਾ ਦੇ ਕਿਰਦਾਰ ਦਾ ਜਾਇਜ਼ਾ ਲੈਣਗੇ। ਯੂਨ ਜਨਰਲ ਅਸੈਂਬਲੀ ਦੇ ਸਦਰ ਨੇ ਦੌਰੇ ਤੋਂ ਪਾਕਿਸਤਾਨ ਦਾ اقوام متحدہ ਵਿੱਚ ਆਲਮੀ ਅਮਨ ਤੇ ਇਸਤਿਹਕਾਮ ਖਾਸ ਕਰ ਅਮਨ ਆਪਰੇਸ਼ਨ ਵਿੱਚ ਮੌਸਰ ਕਿਰਦਾਰ ਜ਼ਾਹਿਰ ਹੁੰਦਾ ਹੈ ਵਾਲਕਨ ਬੌਸ ਕੀ ਤੁਰਕੀ ਨਜ਼ਾਦ ਸਦਰ ਨੇ ਜਿਹੜੇ ਪਹਿਲੀ ਵਾਰੀ اقوام متحدہ ਦੀ ਜਨਰਲ ਅਸੈਂਬਲੀ ਦੇ ਸਦਰ ਮੁੰਤਖਬ ਹੋਏ ਨੇ ਪੰਜਾਬ ਦੇ ਜੰਗਲੀ ਹਯਾਤ ਤੇ ਮਾਹੀ ਪਰਵਰੀ ਦੇ ਵਜ਼ੀਰ ਸੈਦ ਸਮਸਾਮ ਅਲੀ ਬੁਖਾਰੀ ਨੇ ਕਿਹਾ ਹੈ ਕਿ ਪੁਲਿਸ ਵਿੱਚ ਇਸਲਾਵਾ ਲਿਆਣ ਦਾ ਮਕਸਦ ਲੋਕਾਂ ਦੀਆਂ ਖਿਦਮਤਾਂ ਵਿੱਚ ਬਿਹਤਰ ਤਬਦੀਲੀ ਲਿਆਣਾ ਹੈ ਉਨਾ ਕਿਹਾ ਕਿ ਪੁਲਿਸ ਦੇ ਮਹਿਕਮੇ ਵਿੱਚ ਇਸਲਾਮਾ ਨਾ ਲੋਕਾਂ ਨੂੰ ਪੁਲਿਸ ਦੀਆਂ ਬਿਹਤਰ ਖੇਮਤਾਂ ਮਿਲਣਗੀਆਂ ਸ਼ਮਸਾਨ ਬੁਖਾਰੀ ਨੇ ਕਿਹਾ ਕਿ ਥਾਣਿਆਂ ਵਿੱਚ ਫਰੰਟ ਡੈਸਕ ਪੁਕਾਰ 15 ਜਦੀ ਥਾਣਿਆਂ ਤੇ ਖੁੱਲ੍ਹੀ ਕਚਹਿਰੀਆਂ ਸੜੇ ਹਕੂਮਤ ਵੱਲੋਂ ਕੀਤੇ ਗਏ ਕੰਮ ਨਾਲ ਪੁਲਿਸ ਦੇ ਮਹਿਕਮੇ ਵਿੱਚ ਇਨਕਲਾਬੀ ਤਬਦੀਲੀਆਂ ਆਉਣਗੀਆਂ ਪਾਰਕਾਂ ਤੇ ਬਾਗਬਾਨੀ ਤੇ ਅਥਾਰਟੀ ਤੇ ਟਾਈਗਰ ਫੋਰਸ ਦੇ ਨਾਲ ਰਲ ਕੇ ਮੁਖਤਲਿਫ ਆਵਾਮੀ ਥਾਵਾਂ ਉੱਤੇ ਟਾਈਗਰ ਫੋਰਸ ਦੇ ਦਿਨ ਦੇ ਮੌਕੇ ਉੱਤੇ 50000 ਬੂਟੇ ਲਾਏ ਪੰਜਾਬ ਦੇ ਵਜ਼ੀਰ ਆਲਾ ਸਰਦਾਰ ਉਸਮਾਨ ਬੁਜ਼ਦਾਰ ਨੇ ਸ਼ਾਦਮਾਨ ਮਾਰਕੀਟ ਪਾਰਕ ਵਿੱਚ ਇੰਜੀਰ ਦਾ ਬੂਟਾ ਲਾ ਕੇ ਬੂਟੇ ਲਾਣ ਦੀ ਮੁਹਿੰਮ ਸ਼ੁਰੂ ਕੀਤੀ ਸੁਬਾਈ ਵਜ਼ੀਰ ਮਹਿਮੂਦੁਰ ਰਸ਼ੀਦ ਇਤਲਾਮਾ ਦੇ ਵਜ਼ੀਰ ਫਿਆਜ਼ੁਲ ਹਸਨ ਚੋਹਾਨ ਜੰਗਲਾ ਦੇ ਵਜ਼ੀਰ ਸੁਬਤੈਨ ਖਾਨ ਨੇ ਵੀ ਬੂਟੇ ਲਾਏ ਰੇਡੀਓ ਪਾਕਿਸਤਾਨ ਦੇ ਫੇਸਬੁਕ ਦੇ ਪੇਜ ਰੇਡੀਓ ਪਾਕਿਸਤਾਨ ਪੰਜਾਬੀ ਤੋਂ ਇਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਦੀ ਤਬਸੀਰ ਸੁਣਨ ਲਈ ਤੁਸੀਂ ਸਾਡੀ ਵੈਬਸਾਈਟ radio.gov.pk ਨਾਲ ਜੁੜੇ ਰਹੋ